ਪੰਜਾਬ 'ਚ ਦੁਪਹਿਰ ਵੇਲੇ ਧੁੱਪ ਨਿਕਲਣ ਕਾਰਨ ਠੰਡ ਤੋਂ ਥੋੜ੍ਹੀ ਰਾਹਤ ਮਿਲੀ। ਹਾਲਾਂਕਿ ਸ਼ੀਤ ਲਹਿਰ ਕਾਰਨ ਰਾਤ ਦੇ ਤਾਪਮਾਨ 'ਚ 7 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ। ਬਠਿੰਡਾ ਸਭ ਤੋਂ ਠੰਡਾ ਰਿਹਾ, ਜਿੱਥੇ ਤਾਪਮਾਨ 4.0 ਡਿਗਰੀ ਦਰਜ ਕੀਤਾ। ਪਟਿਆਲੇ ਦਾ ਤਾਪਮਾਨ 14.7 ਡਿਗਰੀ ਸੀ, ਜਲੰਧਰ ਦਾ 5.7 ਡਿਗਰੀ, ਲੁਧਿਆਣੇ ਦਾ 6.3 ਡਿਗਰੀ ਅਤੇ ਅੰਮ੍ਰਿਤਸਰ ਦਾ ਤਾਪਮਾਨ 6.6 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਸਾਰ 10 ਜਨਵਰੀ ਤੱਕ ਧੁੰਦ ਪਵੇਗੀ, ਬਦਲਾਅ ਵੀ ਰਹੇਗੀ। ਲੋਹੜੀ ਤੋਂ ਪਹਿਲਾਂ 12 ਜਨਵਰੀ ਨੂੰ ਬਾਰਿਸ਼ ਹੋ ਸਕਦੀ ਹੈ। ਪੰਜਾਬ 'ਚ ਦੁਪਹਿਰ ਵੇਲੇ ਧੁੱਪ ਨਿਕਲਣ ਕਾਰਨ ਠੰਡ ਤੋਂ ਥੋੜ੍ਹੀ ਰਾਹਤ ਮਿਲੀ। ਹਾਲਾਂਕਿ ਸ਼ੀਤ ਲਹਿਰ ਕਾਰਨ ਰਾਤ ਦੇ ਤਾਪਮਾਨ 'ਚ 7 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ। ਬਠਿੰਡਾ ਸਭ ਤੋਂ ਠੰਡਾ ਰਿਹਾ, ਜਿੱਥੇ ਤਾਪਮਾਨ 4.0 ਡਿਗਰੀ ਦਰਜ ਕੀਤਾ। ਪਟਿਆਲੇ ਦਾ ਤਾਪਮਾਨ 14.7 ਡਿਗਰੀ ਸੀ, ਜਲੰਧਰ ਦਾ 5.7 ਡਿਗਰੀ, ਲੁਧਿਆਣੇ ਦਾ 6.3 ਡਿਗਰੀ ਅਤੇ ਅੰਮ੍ਰਿਤਸਰ ਦਾ ਤਾਪਮਾਨ 6.6 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਸਾਰ 10 ਜਨਵਰੀ ਤੱਕ ਧੁੰਦ ਪਵੇਗੀ, ਬਦਲਾਅ ਵੀ ਰਹੇਗੀ। ਲੋਹੜੀ ਤੋਂ ਪਹਿਲਾਂ 12 ਜਨਵਰੀ ਨੂੰ ਬਾਰਿਸ਼ ਹੋ ਸਕਦੀ ਹੈ।